दोस्तों तो आज के स्पेशल व्लॉग में हम आपको दिखाएंगे कि पत्थर वाली गाड़ी किस तरह खाली की जाती है। हाँ जी, तो आज मजदूर साढ़े फस चुके हैं, पत्थर की गड्डी ला रहे हैं, तो उन्हें तो बड़ा ही मुश्किल है। आओ तो हम चेक कराने। हाँ भी अली डॉन, बढ़िया वेलियाँ खा दी, आज फंसे हैं ना गड्डी पे, हैं मार स्पीड ला आगा गड्डी, ਇੱਥੇ ਬੜੀਆਂ ਫੱਟੀਆਂ ਛੱਟੀਆਂ ਲਾ ਦੇ, ਤਰਕਾਇਦ ਕੋਈ ਰੱਖਣਾ ਹੀ ਕੰਮ, ਆਈ ਸਹੀ ਫਸਿਆ। ਦੋ ਮਜ਼ਦੂਰ ਹੋਰ ਅੱਗੇ ਲੱਗੇ ਹੋਣ, ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਲੈ ਆ ਉਸਤਾਦਾਂ ਦੇ ਕੰਮ ਚੈੱਕ ਕਰ ਲਓ, ਇੱਕ ਦੂਜੇ ਦੇ ਨਾਲੇ ਖੋਲੀ ਜਾਂਦੇ, ਕਿਆ ਬਾਤ ਹੈ। ਦੋ ਮਜ਼ਦੂਰ ਇੱਥੇ ਹੀ ਫਸੇ ਹੋਏ ਨੇ। ਹੈਲੋ ਹੈਲੋ, ਹਾਂ ਗੱਡੀ ਲਾਉਣੀ ਸੌਖੀ ਕਿ ਦੂਸਰਾ ਕੰਮ ਕਰਨਾ ਸੌਖਾ ਹੈ? ਹਾਂ ਗੱਡੀ ਤੂੰ ਵੱਜਣ ਨੂੰ ਤਾਂ ਬੜਾ ਦਿਲ ਕਰਦਾ, ਪਰ ਲਾਓ ਖਾਲੀ ਕਰੋ। ਹਾਂਜੀ, ਸਵਾਦ ਹੋ ਰਹੀ, ਬੜੀ ਦੂਰੋਂ ਆਏ ਨੇ, ਇੱਕ ਦੂਸਰੇ ਨਾਲ ਬੜਾ ਪਿਆਰ ਕਰਦੇ ਨੇ ਭਾਈ, ਤਾਂ ਹੀ ਕਹਿੰਦੇ ਦਿਹਾੜੀ ਲੰਘਦੀ ਸਾਡੀ। ਵਾਹ ਜੀ ਵਾਹ, ਮਾਸ਼ਾਅੱਲਾ ਗੱਡੀ ਵੀ ਬੜੀ ਸੋਹਣੀ, ਚੈੱਕ ਕਰੋ। ਇੱਦਾਂ ਹੀ ਆ ਬਾਈ, ਰਲ ਮਿਲ ਤਾਂ ਬੰਦਾ ਗੁਜ਼ਾਰਾ ਕਰਦਾ ਵਾ, ਇਕੱਲਿਆਂ ਨਹੀਂ ਹੁੰਦਾ। ਹਾਂਜੀ ਰੰਗੂ ਬਾਈ, ਤਲਾਬ ਵੇਲ ਤੇ ਪੁੱਠੇ ਸਿੱਧੇ, ਸੁਣਾ ਕੀ ਬਾਹ ਮਿਣਦੀ ਪਈ ਹੈ? ਪੱਥਰ ਲੈਣਾ ਸੌਖਾ ਹੈ? ਥੱਲੇ ਹੋ, ਲਾ ਦੇ ਲਾ ਦੇ ਲਾ ਦੇ ਯਾਮੇ ਨੂੰ, ਉਹਨਾਂ ਪੱਥਰ ਦੀ ਗੱਡੀ 'ਚ ਨਹੀਂ ਲੜਾਇਆ, ਕਹਿੰਦਾ ਯਾਰ ਇਹਦੇ ਕੋਲ ਲੱਥਣਾ ਨਹੀਂ ਹੈਗਾ, ਅਤੇ ਬਾਕੀ ਲਾ ਰਹੇ ਨੇ ਅਲੀਆ ਬਾਈ, ਅਤੇ ਇਵੇਂ ਤਰ੍ਹਾਂ ਕਰ ਦੇ, ਦੋ ਤਿੰਨ ਮਜ਼ਦੂਰ ਲੱਗੇ ਹੋਏ ਨੇ, ਵੇਖੀਏ ਕਿੰਨੀ ਦੇਰ ਗੱਡੀ ਖਾਲੀ ਕਰਦੇ ਨੇ। ਹਿੰਮਤ ਮਾਰ ਅਲੀ ਬਾਈ, ਹਿੰਮਤ ਮਾਰ। ਹਾਂਜੀ, ਬਲਾਰਸ ਟਰੈਕਟਰ ਵੀ ਖੋਤਾ ਹੋਇਆ, ਜਿਸ ਤਰ੍ਹਾਂ ਹੀ ਇਹ ਪੱਥਰ ਲਾਇਆ ਜਾਂਦਾ ਇਨਸ਼ਾਲਾ ਖਿਲਾਰਾਂਗੇ, ਖਿਲਾਰ ਤਾਂ ਦੋਸਤ ਬਾਈ ਨਾਲ ਵੀਡੀਓ ਸ਼ੇਅਰ ਕਰਾਂਗੇ ਇਨਸ਼ਾਲਾ। ਉੱਧਰ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਹੀ ਪੱਥਰ ਲੈ ਜਾਂਦਾ ਖਿਲਾਰਨਾ ਸ਼ੁਰੂ ਕਰ ਦਿੰਦੇ, ਗੱਡੀ ਹੋ ਗਈ ਖਾਲੀ, ਅਤੇ ਹੁਣ ਬਲਾਰਸ ਟਰੈਕਟਰ ਨੂੰ ਪੱਥਰ ਖਿਲਾਰਦੇ ਹੈ। ਇਨਸ਼ਾਅੱਲਾ ਭਾਈ ਨਾਲ ਵੀਡੀਓ ਸ਼ੇਅਰ ਕਰਾਂਗੇ ਪੱਥਰ ਖਿਲਾਰਨ ਤੋਂ ਪਹਿਲੇ। ਯੂਟਿਊਬ ਚੈਨਲ ਮਲਕ ਬਿਸ਼ਾਰਤ ਕੋ ਸਬਸਕ੍ਰਾਈਬ ਸ਼ੇਅਰ ਲਾਜ਼ਮਨ ਕਰਨਾ ਹੈ। ਤੁਹਾਡੇ ਵਿਆਹਾਂ ਦੀ ਯਾਰ ਮੁਹੱਬਤਾਂ ਨਾਲ ਹੀ ਇਨਸ਼ਾਅੱਲਾ ਕਦੇ ਅਸੀਂ ਵੀ ਕਾਮਯਾਬ ਹੋ ਜਾਵਾਂਗੇ, ਅਤੇ ਰਿਕੁਐਸਟ ਹੈ ਬਾਈਆਂ ਕੋ ਯਾਰ ਲਾਈਕ ਫੋਲੋ ਲਾਜ਼ਮਨ ਕਰਨਾ ਹੈ। ਬਾਕੀ ਅੱਲਾ ਹਾਫਿਜ਼। ਬਾਈਆਂ ਖੋਲ੍ਹ।